ਕਈ ਵਾਰ ਇਸ ਦੁਨੀਆ ਉੱਤੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਅਜਿਹੀਆਂ ਅਸੰਭਵ ਘਟਨਾਵਾਂ ਅਕਸਰ ਹੀ ਇਸ ਦੁਨੀਆ ਵਿੱਚ ਘਟ ਜਾਂਦੀਆਂ ਹਨ। ਸਾਡੀ ਅੱਜ ਦੀ ਇਹ ਵੀਡੀਓ ਅਜਿਹੀ ਹੀ ਇੱਕ ਸੱਚੀ ਅਤੇ ਅਨੋਖੀ ਘਟਨਾ ਉੱਤੇ ਆਧਾਰਿਤ ਹੈ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਬਿਲਕੁਲ ਸੱਚੀ ਹੈ ਅਤੇ ਜਿਸ ਨੂੰ ਇਸ ਘਟਨਾ ਉੱਤੇ ਵਿਸ਼ਵਾਸ ਨਹੀਂ ਹੈ ਉਹ ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਗੂਗਲ 'ਤੇ ਜਾ ਕੇ EWA 513 ਨੰਬਰ ਜਹਾਜ਼ 'ਤੇ ਸਰਚ ਕਰ ਸਕਦੇ ਹਨ ਅਤੇ ਇਸ ਘਟਨਾ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲੈ ਸਕਦੇ ਹਨ। ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ। 4 ਸਤੰਬਰ 1954 ਨੂੰ EWA 513 ਨੰਬਰ ਫਲਾਈਟ ਨੇ ਜਰਮਨੀ ਤੋਂ ਪੋਰਟ ਐਲਰਜੇ ਬ੍ਰਾਜ਼ੀਲ ਲਈ ਉਡਾਨ ਭਰੀ ਸੀ, ਜੋ ਕਿ ਆਪਣੇ ਨਾਲ 92 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ਵਿੱਚ 88 ਯਾਤਰੀ ਅਤੇ 4 ਕਰਿਊ ਮੈਂਬਰ ਸਨ, ਅਤੇ ਉਸ ਜਹਾਜ਼ ਨੇ 18 ਘੰਟਿਆਂ ਬਾਅਦ ਬ੍ਰਾਜ਼ੀਲ ਦੇ ਏਅਰਪੋਰਟ 'ਤੇ ਲੈਂਡ ਕਰਨਾ ਸੀ। ਪਰ ਜਦੋਂ ਜਹਾਜ਼ ਨੂੰ ਉਡਾਨ ਭਰੇ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਗਿਆ ਅਤੇ ਉਸ ਦਾ ਏਅਰ ਟ੍ਰੈਫਿਕ ਕੰਟਰੋਲ ਨਾਲੋਂ ਸੰਪਰਕ ਵੀ ਟੁੱਟ ਚੁੱਕਾ ਸੀ। 18 ਘੰਟੇ ਬੀਤ ਚੁੱਕੇ ਸਨ ਪਰ ਫਲਾਈਟ 513 ਬ੍ਰਾਜ਼ੀਲ ਏਅਰਪੋਰਟ 'ਤੇ ਨਾ ਪਹੁੰਚ ਸਕੀ। ਕਈ ਦਿਨ, ਮਹੀਨੇ ਅਤੇ ਸਾਲ ਵੀ ਬੀਤ ਚੁੱਕੇ ਸਨ ਪਰ ਉਹ ਫਲਾਈਟ ਪਤਾ ਨਹੀਂ ਕਿੱਥੇ ਗਾਇਬ ਹੋ ਗਈ। ਪੂਰੀ ਦੁਨੀਆ ਦੇ ਦਿਮਾਗ ਵਿੱਚ ਇਹੀ ਸਵਾਲ ਸੀ ਕਿ ਆਖਿਰ ਉਹ ਜਹਾਜ਼ ਗਿਆ ਤਾਂ ਗਿਆ ਕਿੱਥੇ? ਆਖਿਰ ਇਸ ਜਹਾਜ਼ ਨੂੰ ਉਡਾਨ ਭਰੇ ਪੂਰੇ 35 ਸਾਲ ਹੋ ਚੁੱਕੇ ਸਨ ਅਤੇ ਪੂਰੇ 35 ਸਾਲਾਂ ਬਾਅਦ 12 ਅਕਤੂਬਰ 1999 ਨੂੰ ਪੋਰਟ ਐਲਰਜੇ ਏਅਰਪੋਰਟ 'ਤੇ ATC ਦੇ ਰਿਜਾਰਡ ਦੇ ਵਿੱਚ ਇੱਕ ਜਹਾਜ਼ ਦਿਖਾਈ ਦਿੱਤਾ ਜੋ ਕਿ ਬਿਨਾਂ ਕਿਸੇ ਵਾਰਨਿੰਗ ਤੋਂ ਰਨਵੇ ਦੇ ਵੱਲ ਲੈਂਡ ਹੋਣ ਦੇ ਲਈ ਅੱਗੇ ਵੱਧ ਰਿਹਾ ਸੀ। ਇਸ ਜਹਾਜ਼ ਦੇ ਲੈਂਡ ਹੋਣ ਤੋਂ ਪਹਿਲਾਂ ਕੋਈ ਵੀ ETC ਦੀ ਪਰਮਿਸ਼ਨ ਨਾ ਲਈ ਗਈ ਅਤੇ ਨਾ ਹੀ ਕਿਸੇ ਨੂੰ ਇਸ ਦਾ ਕੋਈ ਅਤਾ ਪਤਾ ਸੀ। ਜਦੋਂ ਹੀ ਉਹ ਜਹਾਜ਼ ਲੈਂਡ ਹੋਇਆ ਤਾਂ ਸਾਰੇ ਕਰਮਚਾਰੀ ਇੱਕਦਮ ਉਸ ਜਹਾਜ਼ ਵੱਲ ਭੱਜ ਗਏ। ਪੂਰੇ ਏਅਰਪੋਰਟ 'ਤੇ ਹਲਚਲ ਮੱਚ ਗਈ। ਜਹਾਜ਼ ਲੈਂਡ ਹੋਣ ਤੋਂ ਬਾਅਦ ਕੋਈ ਵੀ ਜਹਾਜ਼ ਵਿੱਚੋਂ ਨਾ ਨਿਕਲਿਆ। ਇਸ ਤੋਂ ਬਾਅਦ ਜਦੋਂ ਕਰਮਚਾਰੀਆਂ ਨੇ ਉਸ ਜਹਾਜ਼ ਦੇ ਕੋਲ ਜਾ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ, ਕਿਉਂਕਿ ਇਹ ਉਹੀ ਜਹਾਜ਼ ਸੀ ਜਿਸਨੇ 35 ਸਾਲ ਪਹਿਲਾਂ ਉਡਾਨ ਭਰੀ ਸੀ। ਟ੍ਰੈਫਿਕ ਕੰਟਰੋਲ ਨੇ ਤਾਂ ਪਹਿਲਾਂ ਇਸ ਜਹਾਜ਼ ਦੇ ਪਾਇਲਟਸ ਦੇ ਨਾਲ ਗੱਲ ਕਰਨੀ ਚਾਹੀ, ਪਰ ਉਹਨਾਂ ਨੂੰ ਜਹਾਜ਼ ਵਿੱਚੋਂ ਕੋਈ ਵੀ ਰਿਸਪੌਂਸ ਨਾ ਮਿਲਿਆ। ਜਹਾਜ਼ ਲੈਂਡ ਕੀਤੇ ਨੂੰ ਕਾਫੀ ਸਮਾਂ ਹੋ ਚੁੱਕਾ ਸੀ ਪਰ ਅੰਦਰੋਂ ਕੋਈ ਵੀ ਬਾਹਰ ਨਹੀਂ ਸੀ ਆ ਰਿਹਾ। ਬਾਅਦ ਵਿੱਚ ਜਦੋਂ ਕਰਮਚਾਰੀਆਂ ਨੇ ਜਹਾਜ਼ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਹ ਇੱਕਦਮ ਡਰ ਗਏ ਅਤੇ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਕਿਉਂਕਿ ਉਹਨਾਂ ਨੇ ਜਹਾਜ਼ ਦੇ ਅੰਦਰ ਬਹੁਤ ਹੀ ਭਿਆਨਕ ਨਜ਼ਾਰਾ ਦੇਖਿਆ। ਦਰਅਸਲ ਉਹਨਾਂ ਨੇ ਦੇਖਿਆ ਕਿ ਉਸ ਜਹਾਜ਼ ਦੇ ਅੰਦਰ ਇਨਸਾਨਾਂ ਦੀ ਬਜਾਏ ਸਿਰਫ ਕਲਬੂਤ ਹੀ ਪਏ ਸਨ, ਜਿਨ੍ਹਾਂ ਨੂੰ ਦੇਖ ਕੇ ਉਹ ਸਾਰੇ ਡਰ ਗਏ। ਸਾਰੇ ਸੋਚਾਂ ਵਿੱਚ ਪੈ ਗਏ ਕਿ ਇਹ ਸਭ ਕਿਵੇਂ ਹੋਇਆ। ਜੇ ਜਹਾਜ਼ ਵਿੱਚ ਸਿਰਫ ਕਲਬੂਤ ਹੀ ਸਨ ਤਾਂ ਜਹਾਜ਼ ਦੀ ਲੈਂਡਿੰਗ ਕਿਵੇਂ ਹੋਈ? ਜਹਾਜ਼ ਵਿੱਚ ਫਿਊਲ ਕਿੱਥੋਂ ਆਇਆ? ਨਾਲੇ ਜਹਾਜ਼ ਤਾਂ 35 ਸਾਲਾਂ ਤੱਕ ਆਸਮਾਨ ਵਿੱਚ ਕਿਵੇਂ ਉੱਡਦਾ ਰਿਹਾ? ਇਸੇ ਤਰ੍ਹਾਂ ਹੀ ਹਰ ਕਿਸੇ ਦੇ ਮਨ ਵਿੱਚ ਬਹੁਤ ਸਵਾਲ ਸਨ, ਪਰ ਅੱਜ ਤੱਕ ਵੱਡੇ ਵੱਡੇ ਰਿਸਰਚਰਸ ਅਤੇ ਵਿਗਿਆਨੀਆਂ ਨੂੰ ਇਸ ਦੇ ਪਿੱਛੇ ਦਾ ਰਾਜ ਪਤਾ ਨਹੀਂ ਲੱਗ ਸਕਿਆ ਕਿ ਆਖਿਰ 35 ਸਾਲ ਤੱਕ ਇਹ ਜਹਾਜ਼ ਰਿਹਾ ਕਿੱਥੇ ਹੋਵੇਗਾ, ਕਿਉਂਕਿ ਅਜਿਹੇ ਮੰਜ਼ਰ ਉੱਤੇ ਵਿਸ਼ਵਾਸ ਕਰਨਾ ਬਿਲਕੁਲ ਨਾਮੁਮਕਿਨ ਦੇ ਬਰਾਬਰ ਸੀ। ਧੰਨਵਾਦ।